ਜੇਲ੍ਹ ਪ੍ਰਸ਼ਾਸਨ ਦੀ ਨੀਂਦ ਉਡਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। 2 ਦਿਨਾਂ ਦੇ ਵਿੱਚ 4 ਹਵਾਲਾਤੀਆਂ ਦੀ ਮੌਤ ਹੋ ਗਈ ਹੈ। ਜੀ ਹਾਂ, 4 ਹਵਾਲਾਤੀ ਜੋ ਕਿ ਕਈ ਦਿਨਾਂ ਤੋਂ ਬਿਮਾਰ ਸਨ, 4 ਦੀ ਮੌਤ ਹੋ ਗਈ ਹੈ। 2 ਦਿਨਾਂ ਦੇ ਵਿੱਚ 4 ਮੌਤਾਂ ਹੋਈਆਂ ਨੇ ਜੇਲ੍ਹ ਦੇ ਅੰਦਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਜੇਲ੍ਹ ਪ੍ਰਸ਼ਾਸਨ ਤੇ। ਜਿਹੜੇ ਹਵਾਲਾਤੀ ਸਨ ਉਹਨਾਂ ਦੇ ਪਰਿਵਾਰਾਂ ਦੇ ਇਲਜ਼ਾਮ ਨੇ ਕਿ ਬੱਚਿਆਂ ਦਾ ਇਲਾਜ ਸਹੀ ਢੰਗ ਦਾ ਨਾਲ ਨਹੀਂ ਹੋਇਆ। 1-1 ਹਫ਼ਤੇ ਤੋਂ ਅੰਦਰ ਬਿਮਾਰ ਸੀ, ਉਹਨਾਂ ਨੂੰ ਬਾਹਰ ਇਲਾਜ ਦੇ ਲਈ ਨਹੀਂ ਭੇਜਿਆ ਗਿਆ, ਨਾ ਹੀ ਕੋਈ ਡਾਕਟਰ ਬੁਲਾਇਆ ਗਿਆ, ਜਿਸ ਕਰਕੇ ਉਹ ਜ਼ਿਆਦਾ ਬਿਮਾਰ ਹੋ ਗਏ ਅਤੇ ਉਹਨਾਂ ਦੀ ਅੱਜ ਮੌਤ ਹੋ ਗਈ ਹੈ। ਤਾਂ ਕੁੱਲ ਮਿਲਾ ਕੇ 2 ਦਿਨਾਂ ਦੇ ਅੰਦਰ 4 ਮੌਤਾਂ ਹੋਈਆਂ ਨੇ, ਜਿਸ ਤੋਂ ਬਾਅਦ ਸਿਕਿਉਰਿਟੀ ਇੰਚਾਰਜ ਜਿਹੜੇ ਜੇਲ੍ਹ ਦਾ, ਉਸ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 4 ਮੌਤਾਂ ਹੋਈਆਂ ਨੇ, ਜੇਲ੍ਹ ਪ੍ਰਸ਼ਾਸਨ ਹੈ ਜਿਹੜਾ ਉਹ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਸਵਾਲ ਪੁੱਛੇ ਜਾ ਰਹੇ ਨੇ ਪੱਤਰਕਾਰਾਂ ਦੇ ਵੱਲੋਂ, ਤਾਂ ਜੇਲ੍ਹ ਪ੍ਰਸ਼ਾਸਨ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੰਮ੍ਰਿਤਸਰ ਦੇ ਕੇਂਦਰੀ ਜੇਲ੍ਹ ਦੀਆਂ, ਜਿੱਥੇ ਫਤਿਹਪੁਰ ਜੇਲ੍ਹ ਦੇ ਅੰਦਰ ਲਾਪਰਵਾਹੀ ਦੇ ਨਾਲ 4 ਮੌਤਾਂ ਹੋਈਆਂ ਨੇ, 4 ਹਵਾਲਾਤੀਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਦੇ ਬੱਚੇ ਇਲਾਜ ਨਾ ਮਿਲਣ ਕਰਕੇ ਇਸ ਜਹਾਨ ਦੇ ਵਿੱਚ ਨਹੀਂ ਰਹੇ। ਹਾਲਾਂਕਿ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਜਿਸ ਦੀ ਸਜ਼ਾ ਉਹ ਭੁਗਤ ਰਹੇ ਸੀ, ਪਰ ਜੇਲ੍ਹ ਦੇ ਅੰਦਰ ਇਲਾਜ ਨਹੀਂ ਮਿਲਿਆ ਤਾਂ ਕਰਕੇ ਉਹਨਾਂ ਦੀ ਮੌਤ ਹੋ ਗਈ। ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ, ਤੁਹਾਡਾ ਕੀ ਕਹਿਣਾ ਇਸ ਉੱਪਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ। ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ, ਇੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਰ ਪੁੱਛ ਕਰਦਾ, ਉਹ ਕਹਿੰਦੇ 1 ਹਫ਼ਤੇ ਤੋਂ ਬਿਮਾਰ ਹੈਗੇ, ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ। 1 ਹਫ਼ਤੇ ਤੋਂ ਬਿਮਾਰ ਨਹੀਂ, 1 ਹਫ਼ਤੇ ਤੋਂ ਜਿਹੜਾ ਦਾਖਲ ਸੀ ਉਹ ਪਹਿਲਾਂ ਦਾਖਲ ਹੀ, 1 ਤਾਂ ਦਾਖਲ ਹੀਗਾ, ਅਤੇ ਬਾਕੀ ਜਿਹੜੇ ਉਹ ਕਹਿੰਦੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫਟਾਫਟ ਇੱਥੇ ਲੈ ਕੇ ਆਏ ਅਤੇ ਉਹਨੇ ਉਹਦੀ ਡੈਥ ਹੋ ਗਈ। ਡਾਕਟਰਾਂ ਨੇ 1 ਹਫ਼ਤਾ ਪਹਿਲਾਂ ਦੀ ਕਹਿ ਰਹੇ, ਉੱਥੇ ਕੋਈ ਸੁਜੀਤ ਬਰਾੜ ਉਹ, ਫਿਰ ਡਾਕਟਰ ਦੱਸਣਗੇ ਨਾ ਜੀ ਉਹਨਾਂ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ, ਮਤਲਬ ਕਿ ਉਹਨਾਂ ਨੇ ਮੈਡੀਕਲ ਉਹ ਡਾਕਟਰਾਂ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ, ਸਿਰ ਕੋਈ ਸਕਿਉਰਟੀ ਗਾਰਡ ਕਹਿ ਰਹੇ ਸੀ, ਸਕਿਉਰਟੀ ਗਾਰਡ ਨਹੀਂ, ਸਕਿਉਰਟੀ ਗਾਰਡ ਜਦੋਂ ਲਾਏ ਜਾਂਦੇ ਆ ਉੱਥੋਂ ਉਸੇ ਵੇਲੇ ਭੇਜਿਆ ਜਾਂਦਾ ਐਮਰਜੈਂਸੀ, ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਂਬੂਲੈਂਸ ਲੈ ਆਉਂਦੇ ਆ। ਗਾਰਡ ਲਾਈ ਨਹੀਂ ਮੌਕੇ ਤੇ, ਅਗਰ ਲਾਈ ਹੁੰਦੀ ਤੇ ਇਲਾਜ ਹੋ ਜਾਂਦਾ। ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬੋਡੀਆਂ ਲੈ ਕੇ ਆਏ ਆ ਉਹ, ਨਾ ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਆ ਤੇ ਰੋਜ਼ ਜਾਂਦਾ ਸੀ ਗਾਰਡ ਲਾਉਣ, ਡਾਕਟਰ ਸਾਹਿਬ ਕੋਲ ਰੋਜ਼ ਲਾਗੀ ਲਾਗੀ ਲਾਗੀ। ਸਕਿਉਰਟੀ ਇੰਚਾਰਜ ਜੀ ਗੁਰਜੀਤ ਬਰਾੜ ਜਿਹੜਾ, ਸਾਨੂੰ ਤੇ ਪਤਾ ਵੀ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰਡ ਲਾਈ ਨਹੀਂ, ਗਾਰਡ ਨਹੀਂ ਲਾਈ ਉਹਦੀ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦਾ, ਬੇਨਤੀ ਕਰਦਾ ਕਿ ਕਿਸੇ ਹੋਰ, ਸਾਡਾ ਹੁਣ ਸਾਡਾ ਜੋਣ ਹੋ ਗਿਆ ਗਾਂਹ ਆਉਣ ਵਾਲੇ, ਜਿਹੜਾ ਜਿਹਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ, ਸਾਡਾ ਬੰਦਾ ਚਲ ਗਿਆ, ਹੁਣ ਕੀ ਕਰ ਸਕਦੇ ਹਾਂ। ਇਲਾਜ ਹੋ ਜਾਂਦਾ 8 ਦਿਨ ਪਹਿਲਾਂ ਆ ਜਾਂਦਾ ਤੇ ਬਚਾਅ ਹੋ ਜਾਣਾ, ਕੁਛ ਨਾ ਕੁਛ ਤੇ ਬਚਾਅ ਹੋ ਜਾਣਾ। ਬੜੀ ਵੱਡੀ ਲਾਪਰਵਾਹੀ ਜੀ ਉਹਨਾਂ ਦੀ, ਮਾੜੀ ਮੋਟੀ ਥੋੜ੍ਹੀ, ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ, ਸਾਨੂੰ ਉਹ ਥੋੜ੍ਹੀ ਦਿਖਣਾ। ਸਾਡਾ ਭਰਾ ਗਿਆ ਆ, ਉਹਨਾਂ ਦਾ ਕੀ ਗਿਆ, ਵਿਆਹਿਆ ਜੀ ਬੱਚੇ, ਕੋਈ ਬੱਚਾ ਨਹੀਂ, 8-9 ਮਹੀਨੇ ਹੋ ਗਏ ਵਿਆਹ ਹੋਏ ਇਹਨੂੰ। ਮੰਗ ਕੋਈ ਨਹੀਂ, ਉਹ ਮਤਲਬ ਇਹੋ ਮੰਗ ਇਹੋ ਹੀ ਆ ਸਾਡੀ ਕਿ ਬਰਾੜ 'ਤੇ ਜੋ ਵੀ ਐਕਸ਼ਨ ਉਕਸ਼ਨ ਲੈਣਾ ਲੈਣ, ਸਰਕਾਰਾਂ ਲੈਣ, ਜੋ ਵੀ ਪ੍ਰਸ਼ਾਸਨ ਲੈਣ।